स्नेहा धीर सांझा पंजाब टीवी अमृत निशांत कुमार सहारा एकता पब्लिक वेलफेयर सोसाइटी के प्रेजिडेंट होने के मुताबिक अज साडे जितने भी मोहल्ले लंगर लगाए जा रहे हैं मैं इन चीज़ों बहुत खुश हाँ। असं चाहते हैं कि दुनिया में भी इस चीज़ का पता लगे कि साडे जिन्हें वीर भरा इतने सेवा कर रहे हैं उन्होंने सहयोग देना जो बहुत जरूरी है। मगर लंगर जो हर त्यौहार से लाते हो कि एक ही त्यौहार से लाते हो? ये जो भी लंगर लग रही है हर त्यौहार लगाया जाता है कि शिवरात्रि से भी है लंगर जो लगता है शिवरात्रि से हर तरह का जो भी इतने प्रोग्राम किया जाता हर साल बड़े तरीके मनाया जाता जे जे मिल के लगाते हैं ये बंद कोई प्रधान नहीं है सारे मिल के लगाते कोई प्रधान नहीं कोई कुछ नहीं है। अज असं भी इतने नवे ही शिफ्ट हुए हैं आगे देखिए कि दुनिया कितना वधिया प्रोग्राम कर रही इस करके असं अपना मीडिया में चीज़ें सूचित करना चाहते हैं कि सरकार को चाहिए कि इन्हें साथ दिता जाए। सरदार दलजीत सिंह जी अज गुरद्वारे के सार संगत को लख लख बधाई देना तो यो ही कर मनोकामना करता वा कि करोना की महामारी तो मालक निशात दवावे सानू तो इस करके गुरु महाराज की कृपा के नाल असी लंगर हर साल लाईदा वा तो महाराज की बहुत कृपा हैगी चढ़ती कला च रखे मेरा यो ही अरदास बेनती। ये लंगर लगाया गया है गुरपुर है ये पर की कहन जाते हो ए भाई ये नगर दी सेवा ही कर रहे हैं जी। लंगर हर साल लंदे हो जी हर साल लाइदा है जी हर साल सेवा हर साल करी दी है जी जिवें तुहानू पता भी हैगा ही लोग लोग ने करोना का ही तुहानू पता भी हैगा कि अपनी सेफ्टी रखो मगर तुसी सेफ्टी नहीं कोई रखी मास नहीं पाया तुसी तुहानू पता हैगा ओए गुरु महाराज जी बोलो ना महाराज जी कोई कोरोना नहीं है कोई कुछ नहीं है ये सरकार ने खबर बनाई है कुछ नहीं है मगर ये गुरु की नगरी है लंगर जेला शाम तक चलेगा हां जी शाम तक चलेगा लंगर की बनाया गया हां जी लंगर की बनाया गया महाराज की कृपा नाल जी दाल फूका कितनी तारीख में देंगे और थोड़ी फोटो सीधे जाओ Hey
ਵੀਰੋ ਜੀ ਅੱਜ ਭਾਰਵੇਂ ਦੀ ਹੈ ਇਹਦੇ ਲੰਗਰ ਲਗਾਇਆ ਜਾਂਦਾ ਹਰ ਸਾਲ ਲਗਾਇਆ ਜਾਂਦਾ ਹਰ ਸਾਲ ਜੀ ਹਰ ਸਾਲ ਕਿੰਨੇ ਸਾਲ ਹੋ ਗਏ ਆ ਅੱਜ ਤੋਂ ਕੋਈ 10-15 ਸਾਲ ਹੋ ਗਏ ਲਾਉਂਦੇ ਤੇ ਜੇ ਲੰਗਰ ਕੋਈ ਮੰਤਰੀ ਵੀ ਆਉਂਦਾ ਕੋਈ ਆਉਂਦਾ ਲੀਡਰ ਨਾ ਕੋਈ ਮੰਤਰੀ ਨਹੀਂ ਕੋਈ ਇੱਥੋਂ ਦਾ ਮਹੱਲੇ ਦਾ ਪ੍ਰਧਾਨ ਨਹੀਂ ਅਸੀਂ ਆਪਣੇ ਰਲ ਕੇ ਮਲਾਉਂਦੇ ਮੱਲੇ ਵਾਲੇ ਮੱਲੇ ਵਾਲੇ ਲਾਉਂਦੇ ਆ ਹਰ ਸਾਲ ਲਾਉਂਦੇ ਆ ਲੰਗਰ ਲਾਉਂਦੇ ਆ ਤੇ ਹੋਰ ਵੀ ਤਿਹਾਰਾਂ ਦੇ ਲੰਗਰ ਲਾਉਂਦੇ ਆ ਹਾਂਜੀ ਜਿਹੜਾ ਵੀ ਤਿਹਾਰ ਆਵੇ ਉੱਤੇ ਲੱਗਦਾ ਵਾ ਜੀ ਹਾਂਜੀ ਤੇ ਇਹ ਜਿਹੜੇ ਤਿਹਾਰ ਆਉਂਦੇ ਆ ਜੇ ਸ਼ਿਵਰਾਤਰੀ ਆਉਂਦੀ ਏ ਕੁਛ ਵੀ ਕੋਈ ਤਿਹਾਰ ਆਉਂਦੇ ਆ ਲਾਉਂਦੇ ਆ ਜੀ ਲੰਗਰ ਲਾਉਂਦੇ ਹੋ ਇਹ ਜਿਹੜਾ ਪੈਸਾ ਜਿਹੜਾ ਹੈ ਇਹ ਇਕੱਠਾ ਕਰਕੇ ਜਾਂ ਕੋਈ ਸਰਕਾਰ ਵੱਲੋਂ ਆਉਂਦਾ ਨਾ ਕਿਸੇ ਵੱਲੋਂ ਨਹੀਂ ਆਉਣਾ ਇਹ ਆਪਣਾ ਗਲੀ ਮਹੱਲੇ ਜੋ ਇਕੱਠਾ ਕਰਕੇ ਇਹ ਲੰਗਰ ਲਾਣਾ ਇਹ ਆਪਣੀ ਕਿਰਤ ਕਮਾਈ ਕੇ ਬੋਲ ਮਗਰ ਜਿਹੜਾ ਜੇ ਲੰਗਰ ਲਾ ਰਹੇ ਹੋ ਬੜਾ ਲਾ ਰਹੇ ਹੋ 30 ਸਾਲ ਲਾ ਰਹੇ ਹੋ ਆ ਜਿਹੜੇ ਲੰਗਰ ਲਾ ਰਹੇ ਹੋ ਸੇਲ ਦਾ ਸ਼ਾਮ ਤੱਕ ਚੱਲਦਾ ਜਾਂ ਜਿਉਂਦੋਂ ਤੋਂ ਚੱਲਣਾ ਸਵੇਰ ਤੋਂ ਚੱਲਣਾ ਵਾ ਚੱਕ ਦੀ ਚਾਹ ਪਾਣੀ ਲੱਗ ਗਏ ਚਾਹ ਪਕੌੜੇ ਲੱਗ ਗਏ ਪੂੜੀ ਲੱਗ ਗਈ ਜਿਹੜੇ ਜਿਹੜੇ ਜਿੱਦਾਂ ਜਿੱਦਾਂ ਚੀਜ਼ ਬਣੇਗੀ ਉਦੋਂ ਤੋਂ ਲੰਗਰ ਵਰਤਾਇਆ ਜਾਏਗਾ ਤੇ ਅੱਜ ਦਾ ਦਿਨ ਲੋਕਾਂ ਨੂੰ ਕੀ ਮੈਸੇਜ ਦਿਓਗੇ ਜਿਵੇਂ ਕਰੋਨਾ ਤੱਕ ਗਿਆ ਨਹੀਂ ਹੈਗਾ ਲੋਕੀ ਆਪਣੀ ਸੇਫਟੀ ਇਹਦੇ ਬਾਰੇ ਇਹ ਕਹਿੰਦੇ ਵੀ ਸੇਫਟੀ ਸਾਡੀ ਜੋ ਵੀ ਕੀਤੀ ਪਰਮਾਤਮਾ ਨੇ ਕੀਤੀ ਆ ਤੇ ਜੇ ਬਿਮਾਰੀ ਆਈ ਵੀ ਇਹ ਤੇ ਪਰਮਾਤਮਾ ਹੀ ਇਹਨੂੰ ਖਤਮ ਕਰੇ ਮਗਰ ਜੀ ਅੱਜ ਤੱਕ ਕਿੰਨੀ ਖੁਸ਼ੀ ਹੈ ਅੱਜ ਸਾਨੂੰ ਬਹੁਤ ਖੁਸ਼ੀ ਅੱਜ ਦੇ ਵੱਡੇ ਦਿਨ ਦੀ ਤੇ ਲੋਕਾਂ ਨੂੰ ਕੀ ਮੈਸੇਜ ਦਿਓਗੇ ਅੱਜ ਦਾ ਦਿਨ ਸਾਡੇ ਵਾਸਤੇ ਮੈਸੇਜ ਇਹੋ ਹੀ ਆ ਵੀ ਹਰ ਕੋਈ ਵੀ ਚੱਲੇ ਤੇ ਆਪ ਦਾ ਗੁਰੂ ਦੇ ਨਾਲ ਚੱਲੇਗਾ ਤੇ ਗੁਰੂ ਸਾਹਿਬ ਦੀ ਬਾਹ ਫੜੇਗਾ ਠੀਕ ਜੇ 26 ਤਰੀਕ ਨੂੰ ਫੈਸਲਾ ਲੈਣਗੇ ਅਸੀਂ ਉਹਨਾਂ ਨਾਲ ਆ ਸਾਨੂੰ ਮੋਦੀ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਹੈ ਮੋਦੀ ਜੋ ਵੀ ਕਰ ਰਿਹਾ ਸਾਰੀ ਦੁਨੀਆ ਜਾ ਰਹੀ ਹੈ ਇੰਨਾ ਬੇਕਸੂਰ ਇਨਸਾਨ ਹੋਣ ਦੇ ਕਾਰਨ ਇਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਨਸਾਨ ਅੱਜ ਤੋਂ ਕਿੰਨੇ ਤਕਰੀਬਨ 1.5-2 ਮਹੀਨੇ ਤੋਂ ਉੱਥੋਂ ਲੜ ਰਹੇ ਨੇ ਇਸ ਨੂੰ ਇਹ ਨਹੀਂ ਪਤਾ ਲੱਗ ਰਿਹਾ ਇਹਨੂੰ ਸਾਰੀ ਜਗ੍ਹਾ ਦਾ ਪਤਾ ਲੱਗ ਰਿਹਾ ਲੇਕਿਨ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਕਿ ਸਰਕਾਰ ਤੇ ਕਿਉਂ ਮਾਰ ਰਹੀ ਹੈ ਇਹ ਬਿੱਲ ਕੀ ਕਰ ਰਹੇ ਨੇ ਉੱਥੇ ਇਹ ਬਿੱਲ ਹੋਏਗਾ ਹੀ ਹੋਏਗਾ ਕੋਈ ਜ਼ਰੂਰ ਹੋਏਗਾ ਇਸ ਚੀਜ਼ ਨੂੰ ਸਰਕਾਰ ਨੂੰ ਸਭ ਤੋਂ ਪਹਿਲਾਂ ਦੇਖਣਾ ਚਾਹੀਦਾ ਸਭ ਤੋਂ ਪਹਿਲਾਂ ਜੋ ਕਿਸਾਨ ਹੈ ਜੋ ਸਾਡੇ ਅੰਨਦਾਤਾ ਕਮਾ ਰਿਹਾ ਅਸੀਂ ਉਹਦੀ ਨਹੀਂ ਸੁਣ ਰਹੇ ਤੇ ਫਿਰ ਆਮ ਆਦਮੀ ਮਰ ਗਿਆ ਜਿਵੇਂ ਦੇਖੋ ਜੀ ਜਦ ਤੱਕ ਮੋਦੀ ਸਰਕਾਰ ਰਹੇਗੀ ਉਦੋਂ ਤੱਕ ਤੁਹਾਡੇ ਖਰਚੇ ਵਧਣਗੇ ਵਧਣਗੇ ਇਸ ਚੀਜ਼ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਰੋਕ ਨਹੀਂ ਸਕਦੇ ਲੋਕਾਂ ਨੂੰ ਕੀ ਮੈਸੇਜ ਦਿਓਗੇ ਮੈਸੇਜ ਇਹੀ ਹੈ ਕਿ ਹਰ ਤਰੀਕੇ ਦੇ ਨਾਲ ਜਿੰਨੇ ਵੀ ਕਿਸਾਨ ਮੇਰੇ ਵੀਰ ਭਰਾ ਬੈਠੇ ਹੋਏ ਨੇ ਤੁਸੀਂ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਇਹਨਾਂ ਦੇ ਬਿੱਲ ਕੈਂਸਲ ਕਰਵਾਓ ਜੇਕਰ ਇਹ ਕਮਾਉਣਗੇ ਅਸੀਂ ਕਮਾਵਾਂਗੇ ਤਾਂ ਅਸੀਂ ਖਾਵਾਂਗੇ ਜੇਕਰ ਸਾਨੂੰ ਪੈਦਾਵਾਰ ਦੇਣਗੇ ਤਾਂ ਦੁਨੀਆ ਦੇ ਲਈ ਗਾਹ ਚੱਲੇਗੀ ਜੇਕਰ ਦੁਨੀਆ ਗਾਹ ਤਾਂ ਹੀ ਚੱਲੇਗੀ ਜੇ ਕਿਸਾਨ ਕਮਾਏਗਾ ਉਹਨਾਂ ਨਾਲ ਸਹਿਯੋਗ ਦੇਣਾ ਸਾਰੀ ਦੁਨੀਆ ਦਾ ਹੀ ਫਰਜ਼ ਹੈ ਮਗਰ ਲੰਗਰ ਲਾਉਂਦੇ ਆ ਮਗਰ ਹੋਰ ਵੀ ਤਿਉਹਾਰਾਂ ਦੇ ਲਾਉਂਦੇ ਫਿਰ ਬਿਲਕੁਲ ਜੀ ਅਸੀਂ ਕੋਈ ਜਿਹੜਾ ਤਿਉਹਾਰ ਐਸਾ ਨਹੀਂ ਹੈਗਾ ਆਪਾਂ ਭੋਲੇ ਸ਼ੰਕਰ ਦਾ ਵੀ ਲਾਈਦਾ ਜੀ ਕੋਈ ਐਸੀ ਨਹੀਂ ਹੈਗੀ ਗੁਰੂ ਗੋਬਿੰਦ ਸਿੰਘ ਦਾ ਜੋ ਵੀ ਦਿਨ ਤਿਉਹਾਰ ਆਉਂਦੇ ਨੇ ਉਹਨਾਂ ਸਾਰਿਆਂ ਦਾ ਹੀ ਲੰਗਰ ਲਾਉਂਦੇ ਆ ਜੀ ਮਹਾਰਾਜ ਦੀ ਚੜ੍ਹਦੀ ਕਲਾ ਵਾ ਸਰਬੱਤ ਦਾ ਭਲਾ ਕਰੇ ਕੋਈ ਲੀਡਰ ਵੀ ਆਉਂਦਾ ਜਾਂ ਖੁਦ ਆਪਣੇ ਕੋਲ ਦੇਖੋ ਜੀ ਇਹ ਸਾਡੀ ਜੋ ਸੰਗਤ ਹੈ ਸਾਡੀ ਗਲੇ ਮਹੱਲੇ ਵਾਲੇ ਸਾਰੇ ਰਲ ਮਿਲ ਕੇ ਜੋ ਕਰਦੇ ਨੇ ਉਪਰਾਲਾ ਜਿਹੜਾ ਸਾਰਾ ਉਪਰਾਲਾ ਉਹ ਕਰਦੇ ਨੇ ਲੋਕਾਂ ਨੂੰ ਕੀ ਮੈਸੇਜ ਹੋ ਗਿਆ ਮੈਸੇਜ ਇਹੋ ਦੇਣਾ ਚਾਹੁੰਦਾ ਵਾਂ ਕਿ ਆਪਣੇ ਗੁਰੂ ਮਹਾਰਾਜ ਦੇ ਮਸਲ ਜੋ ਪਾਏ ਪੂਰਨਿਆਂ 'ਤੇ ਚੱਲਣਾ ਚਾਹੀਦਾ ਵਾ ਜੋ ਅੱਜ ਦੀ ਦਿਨ ਦੇ ਵਿੱਚ ਮਹਾਂਮਾਰੀ ਜੇ ਪਿਆ ਵਾ ਗੁਰੂ ਮਹਾਰਾਜ ਉਹਨਾਂ ਤੋਂ ਨਿਸ਼ਾਦ ਦਵਾਵੇ ਮਹਾਰਾਜ ਕਿਰਪਾ ਰੱਖੇ ਇੱਦਾਂ ਹੀ ਚੜ੍ਹਦੀ ਕਲਾ ਥੋੜ੍ਹੀ ਗੱਲ ਪੁੱਛਣਾ ਕਿਸਾਨਾਂ ਬਾਰੇ ਜਿਹੜੇ ਸਾਡੇ ਅੰਨਦਾਤਾ ਬੈਠੇ ਆ 26 ਤਰੀਕ ਨੂੰ ਉਹ ਧਰਨਾ ਲਾ ਰਿਹਾ ਕੱਢ ਰਿਹਾ ਟਰੈਕਟਰ ਉਹਦੇ ਬਾਰੇ ਕੀ ਕਹਿੰਦੇ ਨੇ ਵੀਰ ਜੀ ਮੇਰੀ ਤਾਂ ਇਹੋ ਹੀ ਮਨੋਕਾਮਨਾ ਹੈਗੀ ਆ ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਮੰਨੇ ਤੇ ਕੈਂਸਲ ਕਿਉਂ ਨਹੀਂ ਕਰਦੇ ਬਿੱਲ ਜਿਹੜੇ ਕਿ 3 ਪਾਸ ਕੀਤੇ ਹੋਏ ਆ ਵਾਹਿਗੁਰੂ ਜੀ ਦੇਖੋ ਬਣੇ ਨੇ ਜੋ ਇਸ ਟਾਈਮ ਬਣੇ ਹੋਏ ਨੇ ਜਿਹੜੇ 3 ਆਰਡੀਨੈਂਸ ਬਣੇ ਨੇ ਇਹ ਤਾਂ ਬਿਲਕੁਲ ਹੀ ਜਿਹੜੇ ਕਿਸਾਨਾਂ ਦੇ ਜਿਹੜੇ ਬਿਲਕੁਲ ਹੈਗੀ ਆ ਉਹਨਾਂ ਦੇ ਹੱਕ ਦੇ ਵਿੱਚ ਜੋ ਆਪਣੀਆਂ ਮੰਗਾਂ ਕਰਦੇ ਪਏ ਨੇ ਸਰਕਾਰ ਨੂੰ ਇਹੋ ਹੀ ਮੇਰੀ ਬੇਨਤੀ ਆ ਕਿ ਜਲਦ ਤੋਂ ਜਲਦ ਉਹਨਾਂ ਦੀ ਜਿਹੜੀ ਆ ਸੁਣਵਾਈ ਕੀਤੀ ਜਾਵੇ ਵਾਹਿਗੁਰੂ ਜੀ ਤੁਹਾਡਾ ਨਾਮ ਜੀ ਕੁਲਵੰਤ ਸਿੰਘ ਜੀ ਅੱਜ ਜਿਹੜਾ ਲੰਗਰ ਲਗਾਇਆ ਗਿਆ ਕਿ ਗੁਰਪੁਰਬ ਹੈਗਾ ਅੱਜ ਯਾਤਰਾ ਵੀ ਲੰਘੀ ਹੈ ਇਹਦੇ ਬਾਰੇ ਕੀ ਕਹਿਣ ਜਾਂਦੇ ਜੀ ਅਸੀਂ ਹਰ ਸਾਲ ਮਨਾਉਂਦੇ ਮਹਾਰਾਜ ਦਾ ਇੱਥੇ ਲੰਗਰ ਜੇ ਆਪ ਸਾਹਿਬ ਵੀ ਲੰਗਰ ਲਾਉਂਦੇ ਹੋ ਠੀਕ ਹੈ ਅੱਜ ਯਾਤਰਾ ਮਤਲਬ ਤੁਹਾਨੂੰ ਪਤਾ ਵੀ ਕੁਛ ਲੋਕਡਾਊਨ ਵੀ ਹੈਗਾ ਜਾਂ ਮੈਂ ਕਰੋਨਾ ਵੀ ਹੈਗਾ ਇਹ ਤਾਂ ਕਰੋਨਾ ਗਿਆ ਨਹੀਂ ਹੈਗਾ ਮਗਰ ਲੋਕਾਂ ਨੇ ਸੇਫਟੀ ਰੱਖੀ ਇਹਦੇ ਬਾਰੇ ਕੀ ਕਹਿਣ ਜਾਂਦੇ ਹੋ ਇਹਦੇ ਬਾਰੇ ਇਹੋ ਹੀ ਆ ਕਿ ਅਸੀਂ ਮਤਲਬ ਕਰੋਨਾ ਦੇ ਜੋ ਵੀ ਆ ਉਹਦੀ ਸਾਂਭ ਸੰਭਾਲ ਮੋਟੀ ਆਪਣੀ ਸੇਫਟੀ ਸਾਰੇ ਰੱਖੀ ਹੈ ਅਸੀਂ ਬਜ਼ੁਰਗ ਬੰਦੇ ਆਪਣੇ ਪਿਆਰ ਲਈ ਅਸੀਂ ਕੋਈ ਆਪਣਾ ਪਿਆਰ ਅੱਜ ਦਾ ਦਿਨ ਲੋਕਾਂ ਨੂੰ ਕੀ ਮੈਸੇਜ ਦਿਓਗੇ ਮੈਸੇਜ ਇਹੋ ਹੀ ਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਸਾਰਿਆਂ ਨੂੰ ਲੱਖ ਲੱਖ